सारे भुखे अस्सलाम वालेकुम जी दोस्तों की हाल चाल ने तुहाडे ठीक ठाक हो खैर खरीयत दे नाल हो दोस्तां नूं तकरीबन 2 बजे का दसिया सी कि अज शाम नूं तुहानूं मिलावांगे उस्ताद पोमी जट साहब दे शागिर्द जिमी जट दे नाल और वारसपुरे का इलाका फैसलाबाद का बड़ा गुंजान आबादा बड़ी आबादी है इत्थे और बड़े लोग और बड़ा शौक है इस इलाके दे विच और जिमी भाई नूं उस्ताद दी शागिर्दी दे विच आया मेरे ख्याल नाल हले साल नहीं होया पूरा और कबूतर भी बिल्कुल सादे सी कुछ उस्ताद ने अपने को बच्चे वगैरह दिते कुछ जोड़े वाले कबूतर दिते सी कुछ इन्हां दी अपनी मेहनत पुराने शौकीन ने खेडते आ रहे ने और कबूतरां ने बड़ी अच्छी परफॉर्मेंस की है काफ़ी टूर्नामेंट्स दे विच उन्हां दी पोजीशन भी आई है और कल एक दा फाइनल भी है उहदे विच वी तुहानूं इंशाल्लाह ताला जिहड़ा ना इहदी अपडेट अपनी आई डी ते शो करांगे और देखो आवाज़ और पिक्चर ठीक आ रही है तुसीं भी देख लो अपने को उत्थे ताकि फिर जिहड़ा लाइव दा सैशन आ उह शुरू करिए और मैं तुहानूं जिमी भाई दे उड्डण वाले कबूतर और जिहड़ी इहनां दी कोई परफॉर्मेंस है वह उन्हां दा शौक करावां इंशाल्लाह तुहानूं तकरीबन एक दिन छड्ड के एक दिन तुहानूं मैं लाइव जिहड़ा उह शौक करवाया करांगा मुख्तलिफ छत्तां दा उह तुहानूं मज़ा आएगा ठीक आ रही ओके जी दोस्तों कैमरे दा रुख करदे आ सब तो पहले जिमी भाई वल और उस तो बाद जिमी भाई दे ख्यालात तो बाद फिर कैमरे दा रुख करांगे उस्ताद मोहतरम भी आए ने अपना जिमी भाई तुसीं इत्थे नाल नहीं कर लैंदे चेयर इधर आ जाओ तुसीं मैं इधर तुहाडे सामने आ बजन तुसीं इधर आ जाओ इत्थे आ जाओ जिमी भाई उस्ताद भी नाल आ जाणगे नाल बैठे ने जी साडे फखरे फैसलाबाद उस्ताद पोमी जट साहब और सब तो अच्छी गल जिहड़ी आ उस्ताद शागिर्दां दी इह आ कि उस्ताद इन्हां नूं शागिर्द नहीं अपने छोटे भाई समझदे ने और जिहड़े शागिर्द ने उह इन्हां नूं कबूतरबाजी दे उस्ताद छड्ड के वैसे अपना वड्डा भाई रहनुमा और बड़ी इज्जत दिंदे ने ਤੇ ਅਸਲਾਮ ਅਲੈਕਮ ਪੋਮੀ ਭਾਈ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਖਰੀਏ ਵਾਲੇਕਮ ਅਸਲਾਮ ਜੀ ਅਸਲਾਮ ਅਲੈਕਮ ਜਿਮੀ ਭਾਈ ਜਿਮੀ ਭਾਈ ਕਿੰਨੀ ਦੇਰ ਹੋ ਗਈ ਹੈ ਉਸਤਾਦ ਦੀ ਸ਼ਾਗਿਰਦੀ ਦੇ ਵਿੱਚ ਆਇਆ ਤੇ ਕਿਸ ਤਰ੍ਹਾਂ ਉਸਤਾਦ ਨਾਲ ਤੁਹਾਡਾ ਰਾਬਤਾ ਹੋਇਆ ਅਸੀਂ ਤਕਰੀਬਨ ਸਾਲ ਹੋ ਗਿਆ ਸਾਨੂੰ ਅੱਛਾ ਜੀ ਉਸ ਤੋਂ ਪਹਿਲੇ ਵੀ ਉਸਤਾਦ ਦਾ ਮਤਲਬ ਮੈਂ ਤੇ ਚਲੋ ਰਾਬਤਾ ਕਰਵਾ ਦਿੱਤਾ ਉਸ ਤੋਂ ਪਹਿਲੇ ਉਸਤਾਦ ਦਾ ਜ਼ਿਹਨ ਚ ਹੈ ਸੀ ਤੁਹਾਡੇ ਨਹੀਂ ਬਿਲਕੁਲ ਨਹੀਂ ਹਾਂ ਲੇਕਿਨ ਇੱਕ ਖੁਆਈ ਸੀ ਕਿ ਅਸੀਂ ਅੱਛੇ ਉਸਤਾਦ ਦੇ ਸ਼ਾਗਿਰਦ ਹੋਈਏ ਜੀ ਪਰਫਾਰਮੈਂਸ ਅੱਛੀ ਹੋਵੇ ਸਾਡੇ ਨਾ ਅਸੀਂ ਤਕਰੀਬਨ ਕਾਫੀ ਦੇਰ ਤੋਂ 7-8 ਸਾਲ ਤੋਂ ਕੱਪਾ ਚ ਆ ਰਹੇ ਲੇਕਿਨ ਕਦੀ ਵਿਨ ਨਹੀਂ ਕੀਤਾ ਬਿਲਕੁਲ ਸਹੀ ਲੇਕਿਨ ਇਹ ਹੈ ਕਿ ਨੋ ਡਾਊਟ ਕਿ ਅੱਲਾਹ ਤਾਲਾ ਨੇ ਤੁਹਾਨੂੰ ਉਸਤਾਦ ਅੱਛਾ ਦਿੱਤਾ ਤੁਹਾਡੀ ਮਿਹਨਤ ਵੀ ਬੜੀ ਹੈ ਬੜਾ ਤੁਸੀਂ ਦਿਨ ਰਾਤ ਕਬੂਤਰਾਂ ਦੇ ਨਾਲ ਲੱਗੇ ਰਹਿੰਦੇ ਹੋ ਤੇ ਕਿੰਨੇ ਵਜੇ ਤੱਕ ਤੁਸੀਂ ਕੋਈ ਕੱਪ ਵਗੈਰਾ ਕਦੋਂ ਤੋਂ ਪ੍ਰੋਪਰ ਖੇਡਣੇ ਸ਼ੁਰੂ ਕੀਤੇ ਨੇ ਉਸਤਾਦ ਦੀ ਸ਼ਾਗਿਰਦੀ ਤੋਂ ਬਾਅਦ ਕਿੰਨੇ ਕੱਪ ਖੇਡ ਲਏ ਨੇ ਅੱਛਾ ਜੀ ਅੱਛਾ ਕੀ ਪੋਜੀਸ਼ਨ ਆਈਆਂ ਉਹਦੇ ਵਿੱਚ ਵੀ ਤੁਹਾਡੀਆਂ 69 ਘੰਟੇ ਬਣੇ ਸੀ ਠੀਕ ਹੈ ਪਹਿਲੇ ਕਿੰਨੇ ਕਿੰਨਾ ਉੱਡਦੇ ਸੀ ਕਬੂਤਰ ਤੁਹਾਡੇ ਕੋਲ ਪਹਿਲੇ ਅਸੀਂ ਕਦੀ ਨੰਬਰਾਂ 'ਚ ਨਹੀਂ ਆਏ ਪਹਿਲੇ ਨੰਬਰਾਂ 'ਚ ਨਹੀਂ ਆਏ ਨੰਬਰਾਂ 'ਚ ਕਦੀ ਨਹੀਂ ਅਸੀਂ ਆਏ ਇੱਕ ਦੋ ਘਰਾਂ ਤੋਂ ਸਿਰਫ ਵਾਂਡੇ ਸੀਜ਼ਨ ਵਾਈਜ਼ ਦੇ ਖੇਡਦੇ ਸੀ ਠੀਕ ਹੈ ਲੇਕਿਨ ਕੱਪਾਂ ਦੇ ਵਿੱਚ ਕਦੀ ਅਸੀਂ ਨੰਬਰਾਂ 'ਚ ਨਹੀਂ ਆਏ ਨਹੀਂ ਆਏ ਮੈਂ ਉਸ ਤੁਹਾਨੂੰ ਇਹਦਾ ਮਤਲਬ ਮਸ਼ਵਰਾ ਜਿਹੜਾ ਦਿੱਤਾ ਸੀ ਤੁਹਾਨੂੰ ਰਾਸ ਆ ਗਿਆ ਤੇ ਕੀ ਕਹੋਗੇ ਆਪਣੇ ਉਸਤਾਦ ਦੇ ਬਾਰੇ ਔਰ ਇਹਨਾਂ ਦੀ ਤਰਬੀਅਤ ਦੇ ਬਾਰੇ ਔਰ ਇਹਨਾਂ ਦੀ ਕਬੂਤਰਬਾਜ਼ੀ ਦੇ ਬਾਰੇ ਉਸਤਾਦ ਨੇ ਬਹੁਤ ਪਿਆਰ ਕਰਦੇ ਨੇ ਸਾਡੇ ਨਾਲ ਠੀਕ ਹੈ ਮਾਸ਼ਾਅੱਲਾ ਦਿਨ ਦੇ ਵਿੱਚ 10-15 ਫੋਨ ਆਉਂਦੇ ਅੱਛਾ ਤਕਰੀਬਨ ਅੱਧਾ ਘੰਟਾ ਪੌਣਾ ਘੰਟਾ ਗੱਲ ਹੁੰਦੀ ਸਾਡੀ ਇੱਕ ਕਬੂਤਰ ਉੱਡ ਰਹੇ ਨੇ ਉਸਤਾਦ ਉਹਨੇ ਡਾ ਰਹੇ ਨੇ ਜੀ ਜੋ ਕੁਛ ਵੀ ਹੈ ਨਾ ਇਹਨਾਂ ਦੀ ਵੈਰ ਨਹੀਂ ਅੱਜ ਮਾਸ਼ਾਅੱਲਾ ਜ਼ਿੰਦਾਬਾਦ ਹੁਣ ਜਿਹੜਾ ਇਸ ਦਫਾ ਤੁਸੀਂ ਹੁਣ ਅਸੂ ਦਾ ਸੀਜ਼ਨ ਸਟਾਰਟ ਹੋ ਗਿਆ ਤਕਰੀਬਨ ਤੁਹਾਡੇ ਇਸ ਏਰੀਏ ਚ ਤੇ ਕਿ ਪੋਸਟ ਮੈਂ ਵੇਖ ਰਿਹਾ ਸੀ ਕਿੰਨੇ ਕੱਪਾਂ ਚ ਤੁਹਾਡੀ ਕੀ ਕੀ ਪੋਜੀਸ਼ਨ ਆਈ ਹੈ ਕਿੰਨੇ ਕਿੰਨੇ ਵਜੇ ਤੱਕ ਕਬੂਤਰ ਬੈਠੇ ਆ ਕਬੂਤਰ ਸਾਡੇ 1-58 ਤੋਂ ਸਟਾਰਟ ਹੋਏ ਨੇ ਮਾਸ਼ਾਅੱਲਾ ਅੱਛਾ ਬੈਠੇ ਨੇ ਲਾਸਟ 6-27 ਤੱਕ ਬੈਠੇ ਕਿੰਨੇ ਟੂਰਨਾਮੈਂਟ ਵਿਨ ਕੀਤੇ ਤੁਸੀਂ 9 ਟੂਰਨਾਮੈਂਟ ਜਿਹੜੇ ਮੇਨ ਸੀ ਨਾ 9 ਟੂਰਨਾਮੈਂਟ ਮਾਸ਼ਾਅੱਲਾ ਵਿਨ ਕੀਤੇ ਤੇ ਉਸਤਾਦ ਦੇ ਦਾਣੇ ਪਾਣੀ ਦੇ ਹਵਾਲੇ ਨਾਲ ਕੀ ਕਹੋਗੇ ਬਿਹਤਰੀਨ ਔਰ ਕਿਸੇ ਗੱਲ ਤੋਂ ਲੁਕਾਉਂਦੇ ਤੇ ਨਹੀਂ ਕਿ ਤੁਹਾਡੇ ਕੋਲ ਹੋਗੇ ਕੋਈ ਸ਼ਾਇ ਬਿਲਕੁਲ ਨਹੀਂ ਦੱਸਦੇ ਨੇ ਇੰਜ ਕਰੋ ਯੇ ਕਰੋ ਵੋ ਕਰੋ ਮੈਂ ਦੇਖ ਰਿਹਾ ਕਬੂਤਰ ਬਿਲਕੁਲ ਸਾਦੇ ਕਬੂਤਰ ਨੇ ਬਿਲਕੁਲ ਸਾਡੇ ਸਾਦੇ ਜੇ ਖੁੱਡੇ ਨੇ ਕੁਛ ਸਾਦੇ ਜੇ ਖੁੱਡੇ ਨੇ ਹਾਂਜੀ ਕੋਈ ਏਡਾ ਉਹ ਹਲੇ ਲਵਾਜ਼ਮਤ ਨਹੀਂ ਹੈ ਸ਼ੌਕ ਵੱਧ ਰਿਹਾ ਹੌਲੀ ਹੌਲੀ ਵਧੇਗਾ ਤੇ
ਉਸਤਾਦਾਂ ਦੇ ਕਬੂਤਰਾਂ ਦੇ ਵਿੱਚੋਂ ਤੁਹਾਡੇ ਕੋਲ ਜਿਹੜੇ ਕੋਈ ਕਬੂਤਰ ਨੇ ਉਹਨਾਂ ਦੇ ਮਤਲਬ ਕਿਹੜੇ ਕਬੂਤਰ ਉਸਤਾਦਾਂ ਦੇ ਕਬੂਤਰਾਂ 'ਚ ਤੁਹਾਡੇ ਫੇਵਰੇਟ ਆ? ਡੱਬ ਵਾਲੇ ਅਤੇ ਤਸਵੀਰ ਵਾਲੇ ਤੁਹਾਡੇ ਕੋਲ ਹੈ ਨੇ ਦੋਵੇਂ? ਇਨਸਾਨ ਟੈਡੀ ਵੀ ਆਏ ਨੇ ਮਾਸ਼ਾਅੱਲਾ। ਲਓ ਜੀ ਜ਼ਰਾ ਪੋਮੀ ਭਾਈ ਨਾਲ ਥੋੜ੍ਹੀ ਗੁਫ਼ਤਗੂ ਕਰਕੇ ਫਿਰ ਵਾਪਸ ਤੁਹਾਡੇ ਵੱਲ ਆਉਂਦੇ। ਅਸਲਾਮ ਵਾਲੇਕੁਮ ਸਰ ਜੀ। ਕੀ ਹਾਲ ਚਾਲ ਨੇ? ਠੀਕ ਠਾਕ। ਪੋਮੀ ਭਾਈ ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਮੈਂ ਦੋਸਤਾਂ ਨੂੰ ਅਗਰ ਤੁਹਾਡੇ ਮੁਤਲਕ ਗਾਈਡ ਕਰ ਦੇਣਾ ਜਾਂ ਤੁਹਾਡੇ ਬਾਰੇ ਕੁਛ ਕਹਿ ਦੇਣਾ ਕਿ ਯਾਰ ਮੇਰੇ ਭਾਈ ਨੇ ਇਹਨਾਂ ਦੀ ਉਸਤਾਦੀ ਸ਼ਗਿਰਦੀ ਕਰੋ ਔਰ ਇਹਨਾਂ ਦੇ ਨਾਲ ਅਟੈਚ ਹੋਵੋ ਅਤੇ ਤੁਸੀਂ ਦੋਸਤਾਂ ਦਾ ਖਿਆਲ ਵੀ ਰੱਖਦੇ ਹੋ ਔਰ ਉਹਨਾਂ ਨੂੰ ਪੂਰਾ ਪ੍ਰੋਪਰ ਟਾਈਮ ਦਿੰਦੇ ਹੋ ਜਿਹੜਾ ਕਿ ਅੱਜ ਕੱਲ੍ਹ ਬਹੁਤ ਕੀਮਤੀ ਚੀਜ਼ ਆ। ਬਹੁਤ ਸਾਰੇ ਸੀਨੀਅਰ ਉਸਤਾਦ ਨੇ, ਬੜੇ ਅੱਛੇ ਬੰਦੇ ਨੇ, ਲੇਕਿਨ ਇਸ ਤਰ੍ਹਾਂ ਸ਼ਗਿਰਦਾਂ ਨੂੰ ਕੋਈ ਬੰਦਾ ਟਾਈਮ ਨਹੀਂ ਦਿੰਦਾ ਜਿਸ ਤਰ੍ਹਾਂ ਤੁਸੀਂ ਆਪਣੇ ਸ਼ਗਿਰਦਾਂ ਨੂੰ ਟਾਈਮ ਦਿੰਦੇ ਹੋ। ਕੀ ਸਮਝਦੇ ਹੋ ਇਹਨਾਂ ਸ਼ਗਿਰਦਾਂ ਨੂੰ, ਇਸ ਕਬੂਤਰਬਾਜ਼ੀ ਨੂੰ, ਕਿ ਤੁਸੀਂ ਮਤਲਬ ਦਸ ਦਸ ਪੰਦਰਾਂ ਪੰਦਰਾਂ ਉੱਡਦੇ ਕਬੂਤਰਾਂ 'ਚ ਫੜਕਾਂ 'ਚ ਆਪਣੇ ਸ਼ਗਿਰਦਾਂ ਨੂੰ ਫੋਨ ਕਰਦੇ ਹੋ, ਸਾਰਾ ਕੁਛ ਪੁੱਛਦੇ ਹੋ? ਜ਼ੈਨ ਭਾਈ, ਕਬੂਤਰਬਾਜ਼ੀ ਇੱਕ ਬਚਪਨ ਤੋਂ ਬਹੁਤ ਛੋਟੀ ਉਮਰ ਤੋਂ ਸ਼ੌਕ ਹੈਗਾ। ਅੱਛਾ ਜੀ। ਔਰ ਸ਼ਗਿਰਦ ਜਦੋਂ ਬੰਦਾ ਕਰਦਾ ਹੈ ਨਾ ਤਾਂ ਉਹਨੂੰ ਆਪਣਾ ਬੱਚਾ ਬਣਾਉਂਦਾ, ਬੇਟਾ ਬਣਾਉਂਦਾ। ਬਿਲਕੁਲ। ਅਤੇ ਜੇ ਤੁਸੀਂ ਉਹਨੂੰ ਗਾਈਡ ਨਹੀਂ ਕਰ ਸਕਦੇ ਤਾਂ ਸ਼ਗਿਰਦ ਕਰਨ ਦੀ ਜ਼ਰੂਰਤ ਹੋਈ। ਸਹੀ। ਔਰ ਮੈਂ ਜਿਹੜਾ ਵੀ ਮੇਰਾ ਸ਼ਗਿਰਦ ਹੈ, ਕੋਈ ਵੀ ਹੈ, ਚਾਹੇ ਜੀਮੀ ਹੈ, ਚਾਹੇ ਉਹ ਮੁਲਤਾਨ ਵਾਲੇ ਆ, ਚਾਹੇ ਮੇਰੇ ਇੱਥੇ ਕਰਨਾਬਾਦ ਦੇ ਜਿਹੜੇ ਹੋਰ ਸ਼ਗਿਰਦ ਆ, ਮੈਂ ਹਰ ਬੰਦੇ ਨਾਲ ਸੀਜ਼ਨ ਬਾਈ ਸੀਜ਼ਨ ਜਿਹੜਾ ਵਾ ਰਾਬਤੇ 'ਚ ਰਹਿੰਦਾ। ਔਰ ਮੈਂ ਇਸੇ ਤਰ੍ਹਾਂ ਹੀ ਸ਼ੋਅ ਕਰਾਉਂਦਾ ਉਹਨਾਂ ਕੋਲ ਜਿਸ ਤਰ੍ਹਾਂ ਮੈਂ ਦਾਦੀ ਆਪਣੇ ਘਰ ਕਰਦਾ। ਔਰ ਮੈਨੂੰ ਉਤਨੀ ਹੀ ਟੈਨਸ਼ਨ ਹੁੰਦੀ ਹੈ ਇਹਨਾਂ ਦੀ ਕਬੂਤਰਬਾਜ਼ੀ ਦੀ ਜਿੰਨੀ ਟੈਨਸ਼ਨ ਮੈਨੂੰ ਜ਼ਾਤੀ ਆਪਣੇ ਘਰ 'ਚ ਬਾਜ਼ੀ ਵਾਲੇ ਦਿਨ। ਠੀਕ ਹੈ। ਸਹੀ। ਕੱਲ੍ਹ ਸ਼ਾਮ ਨੂੰ ਮੇਰੇ ਖਿਆਲ ਦੇ ਨਾਲ ਇਹਦੇ ਮੋਬਾਈਲ 'ਚ ਦੇਖਦੇ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਖਿਆਲ ਦੇ ਨਾਲ ਹਰ 3 ਮਿੰਟ ਬਾਅਦ ਮੇਰੀ ਕਾਲ ਆਏਗੀ। ਹਰ 3 ਮਿੰਟ ਬਾਅਦ ਮੇਰੀ ਕਾਲ ਆ, ਕਬੂਤਰ ਕਿੱਥੇ ਆ, ਵੀਡੀਓ ਬਣਾ ਕੇ ਭੇਜ। ਠੀਕ ਹੈ। ਕਬੂਤਰ ਕੁੰਦਾ ਕਿਸ ਤਰ੍ਹਾਂ ਦਾ ਚਲਾ ਰਹੇ ਆ? ਯਾਰ ਉਹ ਵਾਲੀ ਲਾਈਟ ਪਿਛਲੀ ਬੰਦ ਕਰੀ। ਅੱਛਾ ਜੀ। ਕਬੂਤਰ ਕੁੰਦਾ ਕਿਸ ਤਰ੍ਹਾਂ ਦਾ ਚਲਾ ਰਹੇ ਆ, ਕਬੂਤਰ ਕਿੱਥੇ ਫਿਰਦੇ ਆ, ਗੋਲ ਫਿਰ ਰਹੇ ਆ, ਲੰਮੇ ਚੱਲ ਰਹੇ ਆ। ਠੀਕ ਆ। ਇਤਨੀ ਟੈਨਸ਼ਨ, ਮਗਰ ਟਾਈਮ ਤੱਕ ਇਹਦਾ ਆਖਰੀ ਕਬੂਤਰ ਬਹਿ ਰਿਹਾ ਸੀਗਾ। ਅੱਛਾ ਜੀ। ਨਹੀਂ ਬੈਠਾ ਆਟੋ, ਉਹ ਵੀ ਜਿੰਨੀ ਦੇਰ ਤੱਕ ਟਾਈਮ ਆਊਟ ਨਹੀਂ ਹੋ ਗਿਆ ਇਸ ਬੰਦੇ ਨੂੰ, ਮੇਰੇ ਫੋਨ ਆਉਂਦੇ ਰਹੇ। ਵਾਹ। ਇਹਨੂੰ ਹੀ ਕਹਿੰਦੇ ਆ ਇੰਨੀ ਟੈਨਸ਼ਨ ਆਪਣੇ ਸ਼ਗਿਰਦਾਂ ਦੀ। ਬਾਕੀ ਮਾਸ਼ਾਅੱਲਾ ਬੜਾ ਤਾਬੇਦਾਰ ਸ਼ਗਿਰਦ ਆ, ਇਹਨੂੰ ਜਨੂੰਨ ਆ ਇਹਨੂੰ, ਔਰ ਹਮੇਸ਼ਾ ਆਪਣੇ ਉਸਤਾਦਾਂ ਕੋਲੋਂ ਉਹ ਹੀ ਸ਼ਗਿਰਦ ਸਿੱਖਦੇ ਆ ਜਿਨ੍ਹਾਂ ਨੂੰ ਜਨੂੰਨ ਹੁੰਦਾ। ਬੜੀ ਗੱਲ। ਕਬੂਤਰਬਾਜ਼ੀ ਵਾਕਈ ਮੁਸ਼ਕਲ ਤੇ ਹੈ ਵਾ, ਲੇਕਿਨ ਇਹ ਆ ਕਿ ਮਿਹਨਤ ਕਰੇਗਾ ਤੇ ਕੋਈ ਬੰਦਾ ਕਾਮਯਾਬ ਹੋਏਗਾ। ਉਸਤਾਦਾਂ ਨੇ ਤੇ ਸਿਰਫ ਗਾਈਡ ਕਰਨਾ। ਹਾਂਜੀ। ਗਾਈਡ ਕਰਨਗੇ, ਰਹਿਨਮਾਈ ਕਰਨਗੇ, ਪਿੱਛੋਂ ਅੱਛੇ ਮਸ਼ਵਰੇ ਦੇਣਗੇ। ਠੀਕ ਹੈ। ਮਿਹਰਬਾਨੀ ਹੈ ਤੁਹਾਡੀ ਕਿ ਤੁਸੀਂ ਆਏ ਹੋ ਤੇ ਮੈਂ ਵੀ ਚੱਕਰ ਲਾ ਲਿਆ। ਸੁਬਹਾ ਇਹਨਾਂ ਦਾ ਫਾਈਨਲ 2 ਕੱਪਾਂ ਦਾ। ਜੀ ਜੀ। ਮੈਂ ਕਬੂਤਰ ਦੇਖ ਲਿਆ, ਜਿਹੜੀ ਕੋਈ ਉਹਨਾਂ ਦੀ ਕਮੀ ਕੁਤਾਈ ਹੋਏਗੀ ਉਹ ਇਨਸ਼ਾਅੱਲਾ ਰਾਤੋਂ ਰਾਤ ਬਿਹਤਰ ਕਰਕੇ ਬਿਹਤਰ ਕਰਾਂਗੇ ਇਨਸ਼ਾਅੱਲਾ। ਸੁਬਹਾ ਚੜ੍ਹਦਾ ਇਨਸ਼ਾਅੱਲਾ। ਆਪਣਾ ਪੋਮੀ ਬਾਈ, ਤੁਹਾਡਾ ਕੀ ਉਹਦਾ ਨਾਮ ਹੈ, ਥੋੜਾ ਜਿਹਾ ਅਗਰ ਦੱਸੀਏ ਦੋਸਤਾਂ ਨੂੰ ਕਬੂਤਰਬਾਜ਼ੀ ਦੇ ਹਵਾਲੇ ਨਾਲ, ਤੇ ਤੁਹਾਡਾ ਜਿਹੜਾ ਪਿਛਲੇ ਜਿਸ ਸੀਜ਼ਨ ਤੁਸੀਂ ਸ਼ੌਕ ਕੀਤਾ, ਸਾਰਾ ਕੁਝ ਆਪਣੇ ਬਾਰੇ ਵੀ ਥੋੜਾ ਜਿਹਾ ਦੱਸੋ ਨਾ ਦੋਸਤਾਂ ਨੂੰ ਕਿ ਤੁਹਾਡੇ ਕਬੂਤਰਾਂ ਦੀ ਜੇਡ ਦੇ ਵਿੱਚ ਕੀ ਪਰਫਾਰਮੈਂਸ ਆਈ ਹੈ, ਤੁਸੀਂ ਜੇਡ 'ਚ ਕਿੰਨੇ ਘੰਟੇ ਬਣਾਉਂਦੇ ਰਹੇ ਹੋ ਆਪਣੀ ਛੱਤ ਤੇ? ਮੈਂ ਜੀ ਫਿਕਸ ਕਬੂਤਰਾਂ ਨਾਲ 519 ਘੰਟੇ 6 ਦਿਨਾਂ ਦੇ ਬਣਾਏ ਆ। ਅੱਛਾ। 6 ਦਿਨ। ਯਾਰ ਇੱਕ ਮਿੰਟ ਲਾਈਟਾਂ ਬੰਦ ਕਰੋ ਨਾ, ਪਿੱਛੇ ਨਹੀਂ ਆ ਰਿਹਾ ਸਹੀ ਰਿਜ਼ਲਟ। ਔਰ ਉਹ ਮੈਂ ਬਣਾਏ ਨੇ ਬਸ। ਠੀਕ ਹੈ ਜੀ ਉਸਤਾਦ ਜੀ, ਹੁਣ ਠੀਕ ਜੀ? ਨਹੀਂ ਨਹੀਂ, ਮੈਂ ਆਪ ਬੰਦ ਕਰਾਈਏ ਇੱਥੇ। ਠੀਕ ਹੈ ਰਿਜ਼ਲਟ, ਇੱਧਰ ਵੀ ਸਹੀ ਹੋ ਜਾਏਗਾ। ਹੁਣ ਬੰਦ ਕਰ ਦੇ ਯਾਰ ਲਾਈਟਾਂ, ਕੋਈ ਨਹੀਂ ਚਲਾ ਲੈਂਦੇ ਹਾਂ ਜਦੋਂ ਲਾਈਟਾਂ ਦੀ ਵਾਰੀ ਆਏਗੀ ਨਾ। ਜਰਾ ਆਪਣਾ ਮੋਬਾਈਲ ਵੀ ਔਨ ਕਰੋ, ਜਾਂ ਲੋ ਆ ਰਿਹਾ ਕਨੈਕਸ਼ਨ, ਐਂਡ ਲਾਈਟ ਅੰਦਰ ਹੈ ਨਾ, ਔਨ ਰੱਖੋ। ਠੀਕ ਹੋ ਗਿਆ ਜੀ ਉਸਤਾਦ ਜੀ। ਗੱਲ ਮੈਂ ਜੇਡ ਦੀ ਕਬੂਤਰਬਾਜ਼ੀ ਦੀ ਤੁਹਾਡੀ ਦੀ ਗੱਲ ਕਰ ਰਿਹਾ ਪਿਆ ਸੀ ਕਿ ਤੁਹਾਡਾ ਕੀ ਰਿਜ਼ਲਟ ਆਇਆ। ਯਾਰ ਬੰਦ ਕਰ ਦੇ ਲਾਈਟਾਂ, ਨਹੀਂ ਨਹੀਂ ਪਤਾ, ਉਤਲੀਆਂ ਬੰਦ ਕਰ ਦੇ। ਜ਼ੈਨ ਭਾਈ, ਬੜੀ ਗਰਮੀ ਪਈ। ਅੱਛਾ ਜੀ। ਬਹੁਤ ਜ਼ਿਆਦਾ ਗਰਮੀ ਪਈ, ਮੈਂ ਆਪਣੀ 43-44 ਸਾਲ ਦੀ ਲਾਈਫ ਦੇ ਵਿੱਚ ਇੰਨੀ ਗਰਮੀ ਨਹੀਂ ਦੇਖੀ। ਅੱਛਾ। ਔਰ ਮਾਸ਼ਾਅੱਲਾ ਮੇਰੇ ਫਿਕਸ ਕਬੂਤਰ 100 ਤੋਂ ਉੱਤੇ ਵੀ ਗਏ ਆ, ਤੇ 95-92-95 ਤੇ ਮੇਰੇ 10 ਕਬੂਤਰ, ਇੱਕ ਮੇਰਾ ਸ਼ਾਟ ਹੋ ਗਿਆ ਸੀ ਦੂਸਰੀ ਵਾਰ। ਅੱਛਾ ਜੀ। ਹਰ ਫਿਰ ਚ ਮਾਰਦੇ ਹੀ ਆਏ। ਅੱਛਾ ਜੀ, ਜ਼ਿੰਦਾਬਾਦ। ਔਰ ਮਾਸ਼ਾਅੱਲਾ ਅਤਲਾਬਾਦ ਦੇ ਵਿੱਚ ਸਭ ਤੋਂ ਜ਼ਿਆਦਾ ਘੰਟੇ 6 ਦਿਨਾਂ ਦੇ ਉਹ ਸੀਜ਼ਨ ਦਾ 2022 'ਚ ਮੇਰੇ ਸੀਗੇ। ਔਰ ਬੜਾ ਅੱਛਾ ਮੁਕਾਬਲਾ ਹੋਇਆ 2 ਘਰਾਣਾ ਮੇਰਾ, ਯਾਸਰ ਸਾਈ, ਉਸ ਤੋਂ ਬਾਅਦ ਹਾਫਿਜ਼ ਬੁਰਖਾਨ ਸਾਹਿਬ। ਹਾਈ, ਕਬੂਤਰ ਕਿੰਨੇ ਵਜੇ ਤੱਕ ਤੁਹਾਡੇ ਕੋਲ ਬੈਠੇ? ਤੁਹਾਡੀ ਵੀ ਤਾਂ ਛੱਤ ਇੰਜੀ ਆਬਾਦੀ ਦੇ ਵਿੱਚ ਹੀ ਹੈ।
ਜ਼ੈਨ ਭਾਈ ਦੇਖੋ ਸ਼ਹਿਰ ਦੇ ਵਿੱਚ ਨਾ ਕਬੂਤਰਬਾਜ਼ੀ ਥੋੜੀ ਜਿਹੀ ਨਾ ਅਸੀਂ ਡਰ ਕੇ ਕਰਦੇ ਹਾਂ ਕਿਉਂਕਿ ਇੱਥੇ ਰਾਤ ਨੂੰ ਜਿਸ ਤਰ੍ਹਾਂ ਕਿ ਇਹਦਾ ਕਬੂਤਰ ਆਖਰੀ ਨਹੀਂ ਬੈਠਾ ਉਹਦੀ ਵਜ੍ਹਾ ਤੋਂ ਆਪਣਾ ਥੋੜਾ ਜਿਹਾ ਡਰੀਦਾ ਕਿ ਅਗਰ ਕਬੂਤਰ ਵਿੱਚੋਂ ਐਵਰੇਜ ਚੋਂ ਇੱਕ ਨਿਕਲ ਜਾਏ ਨਾ ਤਾਂ ਸਾਡਾ 10 to 11 ਘੰਟੇ 12 ਘੰਟੇ ਦਾ ਜਿਹੜਾ ਨਾ ਫਰਕ ਪੈ ਜਾਂਦਾ ਹੈਗਾ ਤੇ ਇੱਥੇ ਜ਼ਰਾ ਇਹ ਆ ਥੋੜੀ ਜਿਹੀ ਸੋਚ ਨਾ ਸਮਝਣਾ ਸ਼ਹਿਰ ਚ ਉਡਾਣੇ ਪੈਂਦੇ ਆ ਕਿ ਮਗਰ ਟਾਈਮ ਤੱਕ ਜਿਹੜਾ ਕਬੂਤਰ ਆ ਨਾ ਉਹ ਘਰ ਬੈਠ ਜਾ ਹੁਣ ਮੈਂ ਛੱਤ ਬਾਹਰ ਲੈ ਕੇ ਜਾ ਰਿਹਾ ਇਨਸ਼ਾਲਾ ਮੇਰਾ ਤਿਆਰ ਹੋ ਰਹੀ ਹੈ ਛੱਤ ਅੱਛਾ ਮੇਰੇ ਬਾਈਪਾਸ ਤੇ ਅੱਲਾਹ ਖੈਰ ਕਰੇ ਉੱਥੇ ਇਨਸ਼ਾਲਾ ਸਾਰੀ ਰਾਤ ਨੂੰ ਵਿਆਹ ਕਰਨ ਇਨਸ਼ਾਲਾ ਖੁੱਲੇ ਦਿਲ ਨਾਲ ਕਬੂਤਰ ਉਡਾਵਾਂਗੇ ਇਨਸ਼ਾਲਾ ਠੀਕ ਹੋ ਗਿਆ ਜੀ ਜਿਮੀ ਭਾਈ ਦੀ ਗ੍ਰੇਟ ਤੇ ਟਾਰਗੇਟ ਕੀ ਹੈ ਜਿਮੀ ਭਾਈ ਕਬੂਤਰਬਾਜ਼ੀ ਦੇ ਵਿੱਚ ਇੱਕ ਹੁੰਦੀ ਹੈ ਨਾ ਬੰਦੇ ਦਾ ਮੰਜ਼ਿਲ ਹੁੰਦੀ ਕਿ ਮੈਂ ਇਹ ਟਾਰਗੇਟ ਤੇ ਜਾਣਾ ਜਾਂ ਮੈਂ ਇੰਨੇ ਵਜੇ ਤੱਕ ਕਬੂਤਰ ਬਿਠਾਉਣੇ ਨੇ ਜਾਂ ਮੈਂ ਚੈਂਪੀਅਨਸ਼ਿਪ ਜਿੱਤਣੀ ਹੈ ਕੀ ਟਾਰਗੇਟ ਕੀ ਹੈ ਟਾਰਗੇਟ ਇਹੀ ਹੈ ਜੀ ਜਿਹੜੇ ਫੈਸਲਾਬਾਦ ਚ ਵੱਡੇ ਕੱਪ ਉੱਡਦੇ ਨੇ ਜੀ ਉਹਨਾਂ ਦੇ ਵਿੱਚ ਵਿਨ ਕਰੀਏ ਅੱਛਾ ਜੀ ਮਾਸ਼ਾਅੱਲਾ ਤੇ ਆਪਣੇ ਫੇਵਰਿਟ ਇੱਕ ਤੇ ਜੋੜੇ ਦਾ ਇੱਕ ਦੋ ਜੋੜਿਆਂ ਦਾ ਤੇ ਸ਼ੌਕ ਕਰਾਓ ਜਿਹੜੇ ਤੁਹਾਡੇ ਫੇਵਰਿਟ ਨੇ ਜੈਨ ਭਾਈ ਮਿਲਣ ਆਏ ਜੀ ਛੋਟ ਮੇਰਾ ਹਮ ਵਾਲੇਕੁਮ ਅਸਲਾਮ ਬਹੁਤ ਸ਼ੁਕਰੀਆ ਬੇਟਾ ਹੁੰਦੀ ਤੇਰੇ ਨਾਲ ਵੀ ਮੁਲਾਕਾਤ ਇੱਕ ਮਿੰਟ ਠਹਿਰ ਜਾਵਾ ਜੀ ਜਿਮੀ ਭਾਈ ਇਹਦਾ ਤਾਰਾ ਤਾਰਾ ਵੀ ਕਰਾਓ ਇਹ ਮੇਰੇ ਉਸਤਾਦ ਘਰੋਂ ਆਏ ਨੇ ਬੱਚੇ ਦੋ ਤਸਵੀਰ ਵਾਲੇ ਅੱਛਾ ਤੇ ਮਾਸ਼ਾਅੱਲਾ ਮੈਂ ਜੈਨੂਨ ਬੱਚੇ ਵੀ ਉਡਾਏ ਨੇ ਸਿੱਧਾ ਹੀ ਲਾ ਕੇ ਉਡਾਤਾ ਜੀ ਪਰਲੇ ਹੱਥ ਫੜੋ ਇਹਨੂੰ ਜ਼ਰਾ ਦੂਸਰੇ ਹੱਥ ਫੜੋ ਇਹ ਥੋੜਾ ਜਿਹਾ ਥੱਲੋ ਫੜਿਆ ਕਰੋ ਇਹ ਇੱਥੋਂ ਸ਼ਾਬਾਸ਼ ਹੁਣ ਦੇਖੋ ਨਾ ਹੁਣ ਅੱਖ ਪੂਰੀ ਖੁੱਲੀ ਉਹਦੀ ਉਸਤਾਦ ਪੋਮੀ ਜੱਟ ਸਾਹਿਬ ਦੇ ਘਰੋਂ ਇਹ ਤਸਵੀਰ ਵਾਲਾ ਬਲੱਡ ਹੈ ਔਰ ਇਹਦੇ ਨਾਲ ਜਿਹੜਾ ਨਰ ਲੱਗਾ ਉਹ ਵੀ ਤਸਵੀਰ ਵਾਲਾ ਹੀ ਹਾਂਜੀ ਤਸਵੀਰ ਵਾਲਾ ਤਸਵੀਰ ਵਾਲੀ ਮਾਦੀ ਤਸਵੀਰ ਵਾਲਾ ਹੀ ਨਾਰਾ ਤੇ ਬੱਚਾ ਕੀ ਪਰਫਾਰਮੈਂਸ ਕਰ ਰਿਹਾ ਬੱਚਾ ਮਾਸ਼ਾਅੱਲਾ ਜੀ ਤਕਰੀਬਨ 1 ਫਿਰ ਤੋਂ ਉਹਨੇ ਦਿੱਤੀ 11 ਵਜੇ ਕੁਛ ਮਿੰਟਾਂ ਦੀ ਅੱਛਾ ਬਾਕੀ ਟੋਟਲ 4 ਵਜੇ ਤੋਂ ਬਾਅਦ ਹੀ ਉਹ ਜਦੋਂ ਬਹਿੰਦਾ ਸੀ ਨਾ 4 ਮਾਸ਼ਾਅੱਲਾ ਕੁੰਡਾ ਤੇ ਖੋਲੋ ਜ਼ਿੰਦਾਬਾਦ ਨਾਰ ਫੜੋ ਭਾਈ ਇਹਦੇ ਨਾਲ ਯਾਰ 7 up ਤੇ ਪਾ ਜੈਨ ਭਾਈ ਇਹਨਾਂ ਨੂੰ ਡਾਇਰੈਕਟ ਸਿੱਧੇ ਉਡਾ ਵੀ ਸਕਦੇ ਉਡਾ ਰਹੇ ਅੱਛਾ ਹਾਂ ਉਡਣ ਮੌਸਮ ਵੀ ਅੱਜ ਬੜਾ ਚੰਗਾ ਸਵੇਰ ਦਾ ਕੀ ਮੌਸਮ ਵੇਖਿਆ ਨੈਟ ਹਾਂਜੀ ਲਓ ਜੀ ਇਹ ਕਬੂਤਰ ਲੱਗਾ ਜੀ ਇਹਦੇ ਨਾਲ ਇਹ ਕਿਹੜਾ ਸਾਥ ਤਸਵੀਰ ਵਾਲਾ ਹੈ ਇਹ ਵੀ ਤਸਵੀਰ ਵਾਲਾ ਛੱਟੇ ਵਾਲਾ ਔਰ ਤਸਵੀਰ ਵਾਲਾ ਹੈਗਾ ਦੋਨੋਂ ਮਿਕਸ ਹੈ ਜੋੜਾ ਨਾ ਤੋੜੀ ਵੀ ਜਿਦਾਂ ਮੈਂ ਉਸਤਾਦ ਨੂੰ ਕਿਹਾ ਸੀ ਨਾ ਕਿ ਜੋੜਾ ਲੱਗਾ ਰਹਿੰਦਾ ਇੰਜ ਹੀ ਜੋੜਾ ਵੀ ਬਹੁਤ ਅੱਛਾ ਲੱਗਾ ਬੜੀ ਸਮਿਟਰੀ ਬੜਾ ਬੜੀ ਸੈਟਿੰਗ ਦੇ ਨਾਲ ਲੱਗਾ ਜੋੜਾ ਮਾਸ਼ਾਅੱਲਾ ਜਿੰਦਾਬਾਦ ਚੌਧਰੀ ਸਖੀ ਦੇ ਘਰੋਂ ਆਏ ਸੀ ਜੋੜਾ ਇੱਕ ਅੱਛਾ ਹਾਂਜੀ 16 ਨੰਬਰ ਇਹਨਾਂ ਦੇ ਮਤਲਬ 2 ਪੱਟੀਆਂ ਨੇ ਮੇਰੇ ਕੋਲ ਉੱਡ ਰਹੀਆਂ ਨੇ ਹਾਂਜੀ
ਉਹ ਵੀ ਦੱਸੋ ਇਹਨਾਂ ਨੂੰ ਜਿਹੜਾ ਮੈਂ ਤੁਹਾਨੂੰ ਕਹਿ ਗਿਆ ਮੈਂ ਉਹ ਇਹ ਨਾ ਉਸਤਾਦ ਨੇ ਆਏ ਮੇਰੇ ਕੋਲ ਤਕਰੀਬਨ 4 ਦਿਨ ਪਹਿਲੇ ਉਸਤਾਦ ਉਹਨਾਂ ਨੇ ਮੈਨੂੰ ਕਿਹਾ ਮੈਂ ਜੋੜਾ ਜਿਹੜਾ ਦਿਖਾਇਆ ਨਾ ਉਸਤਾਦ ਉਹਨਾਂ ਨੂੰ ਜਿਹੜੀ ਉਸਤਾਦ ਨੇ ਪਾਸ ਕੀਤੀ ਮੈਂ ਉਦੋਂ ਬੜਾ ਹੈਰਾਨ ਮੈਂ ਕਿਹਾ ਉਸਤਾਦ ਉਹਨਾਂ ਨੇ ਕੱਲ ਹੀ ਗੱਲ ਕੀਤੀ ਹੈ ਤੇ ਅੱਜ ਮਾਸ਼ਾਅੱਲਾ ਮਾਦੀ 6-18 ਦੇ ਬੈਠੀ ਬੜੀ ਗੱਲ ਬੜੀ ਗੱਲ ਹੈ ਮਾਸ਼ਾਅੱਲਾ ਕੁੰਡਾ ਖੋਲੋ ਜ਼ਰਾ ਦਾ ਮੈਂ ਮਾਦੀ ਮੇਰੇ ਘਰ ਦਾ ਤੇਰੀ ਬਾਹਰ ਅੱਛਾ ਮੈਂ ਕਿਹਾ ਦੂਜੀ ਭੈਣ ਲਿਆ ਕਹਿੰਦੀ ਉਹ ਵੀ 10 ਵਜੇ ਅੱਛਾ ਮੈਂ ਕਿਹਾ ਦੇਖਾ ਜਿੱਦਾਂ ਹੀ ਉਹ ਮੇਰੇ ਹੱਥ ਚ ਆਈ ਨਾ ਮੈਂ ਕਿਹਾ ਰੈਂਪੀਅਨ ਮਾਦੀ ਇਹ ਰਾਤ ਤੱਕ ਉੱਠ ਸਕਦੀ ਔਰ ਬਹਿ ਗਈ ਅਗਲੇ ਦਿਨ ਮੈਂ ਉਹਨੂੰ ਕਿਹਾ ਮੈਂ ਕਿਹਾ ਲਾ ਪਾਣੀ ਇਹਨਾਂ ਇਹਨੇ ਪਾਣੀ ਲਾ ਕੇ ਛੱਡੇ ਆ ਇੱਕ 10-11 ਵਜੇ ਬਹਿ ਗਈ ਜਿਹੜੀ ਮੈਂ ਫੇਲ ਕੀਤੀ ਦੂਜੀ 6 ਤੇ ਜਾ ਕੇ ਬੈਠੀ 6-12-17 ਤੇ ਅੱਛਾ ਜੀ ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਦੇਖੋ ਜੋ ਉਸਤਾਦ ਨੇ ਸਿਖਾਇਆ ਨਜ਼ਰ ਆਉਂਦਾ ਕੀ ਦੇਖਿਆ ਭੂਮੀ ਭਾਈ ਤੁਸੀਂ ਭਾਈ ਤੁਸੀਂ ਮੈਨੂੰ ਕਬੂਤਰ ਦਿਖਾਉਂਦੇ ਹੋ ਜੈਨ ਭਾਈ ਤੁਹਾਨੂੰ ਮੈਂ ਕੀ ਕਹਿੰਦਾ ਹੁੰਦਾ ਮੈਨੂੰ ਦੇਖੋ ਇਹ ਅੱਲਾਹ ਤਾਲਾ ਹੀ ਇਨਸਾਨ ਨੂੰ ਅਕਲ ਦਿੰਦਾ ਵਾ ਅੱਲਾਹ ਤਾਲਾ ਹੀ ਇਲਮ ਦਿੰਦਾ ਵਾ ਠੀਕ ਹੈ ਨਾ ਮੈਂ ਕਬੂਤਰ ਨੂੰ ਹੱਥ ਫੜਦਾ ਵਾ ਨਾ ਜਦੋਂ ਕਹਿਣ ਮੈਂ ਜਦੋਂ ਕਬੂਤਰ ਨੂੰ ਹੱਥ ਫੜਦਾ ਵਾ ਨਾ ਜੀ ਮੈਨੂੰ ਕਬੂਤਰ ਹਜੇ ਮੈਂ ਉਹਨੂੰ ਖੋਲਦਾ ਵੀ ਨਹੀਂ ਹੈ ਸਿਰਫ ਇੰਜ ਫੜਿਆ ਹੁੰਦਾ ਇੱਕ ਹੱਥ ਦੇ ਵੀ ਮੈਨੂੰ ਉਹ ਕਬੂਤਰ ਦੱਸਣਾ ਸ਼ੁਰੂ ਹੋ ਜਾਂਦਾ ਵਾ ਕਿ ਮੈਂ ਕਿੰਨੇ ਕੁ ਯੋਗਾ ਹੈ ਵੈਸੇ ਕੀ ਥੋੜਾ ਬਹੁਤ ਫੀਲਿੰਗ ਕੀ ਆ ਹੱਥ ਚ ਫੜ ਕੇ ਜਿਹੜੀ ਆ ਉਹਨੂੰ ਕੋਈ ਗੱਲ ਆ ਗਈ ਆ ਤੁਸੀਂ ਫੀਲਿੰਗ ਦੱਸਣੀ ਹੈ ਨਾ ਮੇਰਾ ਦੱਸਿਆ ਹੋਰ ਤੁਹਾਡਾ ਨਹੀਂ ਵੈਸੇ ਕੀ ਮਤਲਬ ਹੱਥ ਚ ਫੜ ਕੇ ਫੀਲ ਕੀ ਹੋਇਆ ਹੱਥ ਚ ਫੜਿਆ ਵਾ ਉਹ ਮੈਨੂੰ ਕਹਿੰਦੀ ਪਈ ਹੈ ਕਿ ਮੈਂ ਬਹੁਤ ਉਡਾਂਗੀ ਉਹ ਤਾਂ ਕਹਿ ਰਹੀ ਹੈ ਕੀ ਪਰ ਹਰ ਚੀਜ਼ ਠੀਕ ਹੈ ਨਾ ਇਹਦੀ ਕੀ ਮਤਲਬ ਇਹਦਾ ਠੀਕ ਹੈ ਅੱਛਾ ਜੀ ਦਮ ਠੀਕ ਹੈ ਇਹਦੀ ਜਿਸਮ ਚ ਕੀ ਹੈ ਮਤਲਬ ਦੇਖੋ ਨਾ ਤੁਸੀਂ ਖੁਦ ਹੱਥ ਚ ਫੜ ਕੇ ਤੁਸੀਂ ਦੱਸੋ ਨਾ ਮੈਂ ਤਾਂ ਤੁਹਾਡੇ ਕੋਲ ਪੁੱਛ ਰਿਹਾ ਤੁਸੀਂ ਦੇ ਤੁਹਾਨੂੰ ਦੱਸਦੇ ਮੈਨੂੰ ਤਾਂ ਦੱਸਦੇ ਹੀ ਨਹੀਂ ਮੈਂ ਕੀ ਕਹਿ ਰਿਹਾ ਭੂਮੀ ਭਾਈ ਦੱਸਦੇ ਤੇ ਤੁਹਾਨੂੰ ਆ ਨਾ ਮੈਨੂੰ ਤੇ ਦੱਸਦੇ ਹੀ ਨਹੀਂ ਮੈਨੂੰ ਦੱਸਣ ਤੇ ਫੇਰ ਤੇ ਮੈਂ ਨਾ ਭਾਜੀ ਦੇ ਕੋਲ ਬੈਠਾ ਹਾਂ ਨਾ ਭਾਜੀ ਚੇਅਰਮੈਨ ਦੇ ਕੋਲ ਉਹਨਾਂ ਕੋਲ ਬੈਠਾ ਹਾਂ ਨਾ ਤੇ ਉਹ ਫਿਰ ਗੱਲਾਂ ਦੱਸਦੇ ਹੁੰਦੇ ਆ ਕਿ ਮੀਆਂ ਸਾਹਿਬ ਜਿਹੜੇ ਸੀ ਨਾ ਉਹ ਕਬੂਤਰ ਨੂੰ ਨਾ ਖੋਲਦੇ ਨਹੀਂ ਸੀ ਹੁੰਦੇ ਉਹ ਸਿਰਫ ਨਾ ਫੜ ਕੇ ਨਾ 2 ਇੰਜ ਕਰਦੇ ਸੀ ਇਹ ਦੇਖ ਠੀਕ ਹੈ ਠੀਕ ਹੈ ਇੰਜ ਕਰਦੇ ਤੇ ਉਹ ਕਹਿ ਦਿੰਦੇ ਯਾਰ ਚੈਂਪੀਅਨ ਅਸੀਂ ਉਹਨਾਂ ਦੀਆਂ ਗੱਲਾਂ ਤੋਂ ਹੀ ਇਹ ਚੀਜ਼ਾਂ ਸਿੱਖੀਆਂ ਵਾ ਅੱਛੇ ਕਬੂਤਰ ਉਹਨਾਂ ਦੇ ਹੱਥ ਫੜ ਕੇ ਦੇਖੇ ਆ ਕੁਛ ਆਪਣੇ ਘਰ ਅੱਛੇ ਕਬੂਤਰ ਉਹਨਾਂ ਤੋਂ ਹੀ ਫੀਲ ਹੋ ਜਾਂਦਾ ਵਾ ਕਿ ਇਹ ਕਬੂਤਰ ਜਿਹੜਾ ਵਾ ਤੁਹਾਡਾ ਹੈ ਵਾਕਈ ਚੈਂਪੀਅਨ ਕਬੂਤਰ ਅੱਛਾ ਔਰ ਅਕਸਰ ਮੈਂ ਕਬੂਤਰ ਉਡਾਉਂਦਾ ਅੱਛਾ ਵੈਸੇ ਜਿਸਮ ਚ ਕੀ ਦੇਖਣਾ ਚਾਹੀਦਾ ਚੈਂਪੀਅਨ ਕਬੂਤਰ ਦੇ ਮੇਰਾ ਸਵਾਲ ਹੈ ਦੇਖਣਾ ਕੀ ਚਾਹੀਦਾ ਵਾ ਕਬੂਤਰ ਜਿਹੜਾ ਵਾ ਤੁਹਾਡਾ ਹੋਣਾ ਚਾਹੀਦਾ ਜ਼ਰਾ ਨਰਮ ਕਬੂਤਰ ਹੋਣਾ ਚਾਹੀਦਾ ਨਾ ਬਹੁਤ ਜ਼ਿਆਦਾ ਨਰਮ ਹੋਣਾ ਚਾਹੀਦਾ ਅੱਛਾ ਨਾ ਬਹੁਤ ਜ਼ਿਆਦਾ ਸਖਤ ਜਿਸ ਤਰ੍ਹਾਂ ਕਿ ਇੱਕ ਆਪਣਾ ਰਬੜ ਨਹੀਂ ਹੁੰਦੀ ਸਪੰਜ ਹਾਂ ਰਬੜ ਜਿਸ ਤਰ੍ਹਾਂ ਕਿ ਕਹਿ ਲਓ ਤੁਸੀਂ ਕਿ ਅਗਰ ਹਾਰਡ ਹੋਏਗਾ ਤੇ ਉਹ ਵੀ ਨਹੀਂ ਠੀਕ ਹੈਗਾ ਜੇ ਬਹੁਤ ਜ਼ਿਆਦਾ ਨਰਮ ਆ ਤੇ ਉਹ ਪੋਲਾ ਕਬੂਤਰ ਆ ਤੁਹਾਡਾ ਉਹ ਵੀ ਕੱਟ ਸਕਦਾ ਹੈਗਾ ਠੀਕ ਹੈ ਦਰਮਿਆਨਾ ਕਬੂਤਰ ਦਾ ਹੋਣਾ ਚਾਹੀਦਾ ਨਿਜ਼ਾਮ ਜੀ ਠੀਕ ਹੈ ਤੇ ਪਿੱਛੋਂ ਬੰਦ ਹੋਣਾ ਚਾਹੀਦਾ ਬਿਲਕੁਲ ਆ ਜਿੱਦਾਂ ਬੰਦ ਆ ਅੱਗੋਂ ਥੋੜਾ ਜਿਹਾ ਕਬੂਤਰ ਚੋੜਾ ਹੋਣਾ ਚਾਹੀਦਾ ਹੈਗਾ ਵਾ ਸੀਨੇ ਵੱਲੋਂ ਜ਼ਰਾ ਜ਼ੋਰ ਵਾਲਾ ਕਬੂਤਰ ਹੋਣਾ ਚਾਹੀਦਾ ਬਾਕੀ ਜੋ ਲੋਕ ਦੱਸਦੇ ਆ ਕਿ ਹੱਡੀ ਜੋੜ ਠੀਕ ਆ ਇਹ ਸ਼ੋਲਡਰ ਵਗੈਰਾ ਜਿਹੜੇ ਆ ਜੋੜ ਵਗੈਰਾ ਅੱਛੇ ਹੋਣੇ ਚਾਹੀਦੇ ਆ ਉਹ ਅਗਰ ਕਬੂਤਰ ਚ ਚੀਜ਼ਾਂ ਪੂਰੀਆਂ ਵਾ ਔਰ ਬਲੱਡ ਬਿਹਤਰ ਹੈਗਾ ਵਾ ਤੇ ਅੱਛਾ ਕਬੂਤਰ ਹੈਗਾ ਔਰ ਮਾਸ਼ਾਅੱਲਾ ਜਿਤਨੇ ਉਸਤਾਦ ਹੈਗੇ ਨੇ ਪਾਕਿਸਤਾਨ ਦੇ ਵਿੱਚ ਉਹ ਤਕਰੀਬਨ ਇਹਨਾਂ ਚੀਜ਼ਾਂ ਨੂੰ ਦੇਖ ਕੇ ਕਬੂਤਰ ਦੀ ਸ਼ਨਾਖਤ ਕਰਦੇ ਆ ਜ਼ਿੰਦਾਬਾਦ ਜ਼ਿੰਦਾਬਾਦ ਮਾਸ਼ਾਅੱਲਾ ਜੀ ਸਰ ਜੀ ਇਹਦਾ ਆ ਕਬੂਤਰ ਦਾ ਵੀ ਸ਼ੌਕ ਕਰਾਓ ਜੀ ਉਸਤਾਦ ਉਹਨਾਂ ਨਾਲ ਦੁਬਾਰਾ ਰਜ਼ੀ ਬਾਈ ਹਟ ਜਾਓ ਤੁਸੀਂ ਤੁਹਾਡੇ ਨਾਲ ਜਿੱਦਣ ਮੇਰਾ ਪੇਚਾ ਪੈ ਗਿਆ ਨਾ ਉਦਣ ਤੁਹਾਡੇ ਕੋਲੋਂ ਆਵਾਜ਼ ਨਹੀਂ ਨਿਕਲਣੀ ਲਓ ਜੀ ਮਾਸ਼ਾਅੱਲਾ ਟੈਡੀ ਕਬੂਤਰੀ ਦੇ ਨਾਲ ਹੈ ਟੈਡੀ ਕਬੂਤਰ ਲੱਗਾ ਹੋਇਆ ਕੁੰਡਾ ਖੋਲੋ ਸਰ ਚਲਾ ਲਓ ਲੈਟਾਂ ਉਹ ਮਾਦੀ ਮੈਂ ਤੁੜਾਈ ਹੈ ਇਹਦਾ ਨਾਮ ਹੈ ਅੱਛਾ ਪਰਤ ਕੱਟੇ ਹੋਏ ਸਾਰੇ ਹਾਂਜੀ
ਠੀਕ ਹੋ ਗਿਆ ਉੱਡਣ ਵਾਲੇ ਕਬੂਤਰਾਂ ਲਾਓ ਜੀ ਜ਼ਰਾ ਉੱਡਣ ਵਾਲੇ ਦਿਖਾਈਏ ਲਾਈਟਾਂ ਚਲਾ ਦਿਓ ਲਓ ਜੀ ਦੁਆ ਵੀ ਕਰਨਾ ਸਾਰੇ ਦੋਸਤ ਇਹਨਾਂ ਦਾ ਸੁਬਹਾ ਜਿਹੜਾ ਹੈ ਨਾ ਉਹ ਆਪਣਾ ਟੂਰਨਾਮੈਂਟ ਵੀ ਹੈ ਔਰ ਇਨਸ਼ਾਅੱਲਾ ਤਾਲਾ ਉਸਤਾਦ ਵੀ ਆ ਗਏ ਨੇ ਅਤੇ ਸ਼ੌਕ ਵੀ ਬਿਹਤਰੀਨ ਹੋ ਜਾਏਗਾ ਲਾਈਟਾਂ ਚਲਾ ਦਿਓ ਚੱਲ ਗਈਆਂ ਜੀ ਜਿਮੀ ਭਾਈ ਇਹ ਸਾਰੇ ਬਾਹਰ ਕੱਢੇ ਨੇ ਜਿਹੜੇ ਕਬੂਤਰ ਬਾਜ਼ੀ ਵਾਲੇ ਨੇ ਨਾ ਬਸ ਉਹੀ ਬਾਹਰ ਰਹਿਣ ਵੈਸੇ ਇਹਨਾਂ 'ਚ ਕਿਹੜਾ ਕਿਹੜਾ ਹਾਂਜੀ ਹਾਂਜੀ ਲਓ ਜੀ ਮਾਸ਼ਾਅੱਲਾ ਸਟੈਂਪ ਵੀ ਤੁਹਾਨੂੰ ਨਜ਼ਰ ਆ ਰਹੀ ਹੋਏਗੀ ਸ਼ੋਲਡਰ 'ਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਇਹ ਵੀ ਇੱਕ ਨੰਬਰ ਇਹ ਕਿਹੜੀ ਹੈ ਇਹ 13 ਨੰਬਰ ਜੀ ਜੋੜਾ ਇਹ ਸਾਡਾ ਤਕਰੀਬਨ 1997 ਦਾ ਜੋੜਾ ਮੇਰੇ ਚਾਚਾ ਜੀ ਦਾ ਹੁੰਦਾ ਸੀਗਾ ਇਹ ਸਾਡੀ ਨਸਲ ਚੱਲਦੀ ਆ ਰਹੀ ਹੈ ਮਾਸ਼ਾਅੱਲਾ ਇਹਦਾ ਸਖੀ ਭੈਣ ਭਰਾ ਨੇ ਚੀਨਾ ਕਬੂਤਰ ਉਹ ਪਰਲੇ ਪਾਸੇ ਜਿਹੜਾ ਉਹ ਅੰਦਰ ਹੀ ਮੁੰਡਾ ਕੱਢਦਾ ਹੁੰਦਾ ਉਹ ਚੀਨਾ ਕੱਢ ਦੂਸਰਾ ਸੇਬੇ ਵਾਲਾ ਮਾਸ਼ਾਅੱਲਾ ਇਹ ਕਿੰਨੇ ਕਿੰਨੇ ਘੰਟੇ ਬਣਾ ਕੇ ਉਹ ਬੈਠੇ ਨੇ ਕੋਈ ਦੱਸੋ ਆ ਚਿੱਟੀ ਕਿੰਨੇ ਵਜੇ ਬੈਠੀ ਹੈ ਚੀਨੀ ਛੇ ਸਤਾਈਆਂ ਤੇ ਤੇ ਇਹ ਅੱਛਾ ਜੀ ਇਹ ਕਿੰਨੇ ਵਜੇ ਬੈਠਾ ਚੀਨਾ ਬੜੀ ਗੱਲ ਹੈ ਯਾਰ ਇਹਦਾ ਸ਼ੌਕ ਫੜ ਕੇ ਕਰਾਨੇ ਇਹਦਾ ਕਾਲੇ ਦਾ ਦੱਸੋ ਇਹ ਕਾਲਾ ਬੈਠਾ 2:11 ਦੇ 2:11 ਆ ਸੈਂਟਰ ਵਾਲਾ ਜ਼ਰਾ ਫੜੋ ਜਿਹੜਾ ਬਦਲਾਂ ਤੋਂ ਵਾਪਸ ਆਉਂਦਾ ਆਪੇ ਲਓ ਜੀ ਦੋਸਤੋ ਤੁਹਾਨੂੰ ਅੱਜ ਇਹਦੀ ਅੱਖ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ ਔਰ ਇਹਦੇ ਜਿਸਮ ਨੂੰ ਤੇ ਮੈਂ ਬੱਦਲ ਜਦੋਂ ਵੀ ਆ ਜਾਂਦੇ ਨਾ ਹਾਂਜੀ ਇੱਕ ਕਬੂਤਰ ਵਾਹਾ ਦੇ ਸਾਡਾ ਉਸੇ ਟਾਈਮ ਕਬੂਤਰ ਤੋਂ ਨਿਕਲਦਾ ਦਿਖਾਓ ਜੀ ਅੱਖ ਦਿਖਾਓ ਇਹਦੀ ਇਹ ਘਰ ਦਾ ਬੱਚਾ ਹਾਂਜੀ ਘਰ ਦਾ ਇਹ ਕਿਹੜਾ ਮਾਂ ਪਿਓ ਦਾ ਉਹ ਨੀਚੇ ਲਓ ਜੀ ਦੋਸਤੋ ਇਹਦੇ ਕੋਲ ਇਹ ਕੁਆਲਿਟੀ ਹੈ ਕਿ ਬੱਦਲ ਦੇ ਵਿੱਚ ਵੀ ਤੂਫਾਨ ਦੇ ਵਿੱਚ ਵੀ ਇਹ ਨਿਕਲ ਕੇ ਘਰ ਆਉਂਦਾ ਇਹਦੀ ਅੱਖ ਦੇਖੋ ਕਿੰਨੀ ਰੋਸ਼ਨ ਆ ਔਰ ਕਿੰਨੀ ਚਮਕ ਅੱਖ ਦੇ ਵਿੱਚ ਇਹਦੇ ਕੁੰਡਾ ਖੋਲੋ ਜੀ ਜੀ ਇਮਰਾਨ ਕੌਂਟਾ ਸਾਹਿਬ ਦੇਖ ਲਓ ਫਿਰ ਨਾ ਕਹਿਣਾ ਔਰ ਕੀ ਉਹਦਾ ਨਾਮ ਹੈ ਅਦਨਾਨ ਦਾਨੀ ਗਿੱਲ ਭਾਈ ਇਹ ਕਬੂਤਰ ਦਾ ਕੁੰਦਾ ਮੈਂ ਸਟਿਲ ਤੁਹਾਡੇ ਵਾਸਤੇ ਕਰਕੇ ਰੱਖਿਆ ਜਿਹੜੀ ਤੁਸੀਂ ਕਹਿੰਦੇ ਸੀ ਨਾ ਨਿਸ਼ਾਨੀ ਜ਼ਰੂਰੀ ਹੋਣੀ ਚਾਹੀਦੀ ਉਹ ਇਹਦੇ 'ਚ ਕੋਈ ਨਜ਼ਰ ਨਹੀਂ ਆ ਰਹੀ ਦੇਖ ਲਓ ਜੀ ਮਾਸ਼ਾਅੱਲਾ ਲੱਤਾਂ ਵੀ ਦਿਖਾਓ ਜੀ ਇਹਦੀਆਂ ਉੱਠਾ ਕਰੋ ਜ਼ਰਾ ਠੱਲਾਂ ਨੂੰ ਪਾਈ ਹੈ ਜੀ ਪਿਆਰ ਬਹੁਤ ਹੈ ਇਹਦੇ ਨਾਲ ਨਹੀਂ ਨਹੀਂ ਠੱਲ ਵੀ ਤੁਸੀਂ ਵੱਡੀ ਪਾ ਦਿੱਤੀ ਹੈ ਕਮਾਲ ਕਰ ਗਏ ਬਹੁਤ ਹੀ ਅੱਛੇ ਮਾਸ਼ਾਅੱਲਾ ਨਸਲ ਚੱਲਦੀ ਆ ਰਹੀ ਹੈ ਸਾਡੇ ਕੋਲ ਮੈਂ 2002 ਚ ਕਬੂਤਰ ਸੰਭਾਲੇ ਸੀ ਇਹ ਸਾਰਾ ਖਾਨਦਾਨ ਕੋਲ ਹੀ ਇੱਕ ਹੱਥ ਸਿਆਲਕੋਟੀ ਇੱਕ ਹੱਥ ਲਾਲ ਅੱਖਾਂ ਦੇ ਨਹੀਂ ਸਿਆਲਕੋਟੀ ਮੈਂ ਨਹੀਂ ਪਾਏ ਵਿੱਚ ਅੱਛਾ ਇਹ ਕਿਹੜੇ ਆ ਜੋ ਸਿਰਾ ਕੀ ਮਤਲਬ ਨਜ਼ਰ ਆ ਰਿਹਾ ਇਹ ਸੇਬਿਆਂ ਵਾਲੇ ਕਬੂਤਰ ਆ ਚੀਨੇ
ਉਹਨਾਂ ਦੇ ਵਿੱਚੋਂ ਨੇ ਇਹ ਵੀ ਰੰਗ ਨਿਕਲਦੇ ਨੇ ਇਹ ਵੀ ਰੰਗ ਨਿਕਲਦੇ ਭਰਾ ਨੇ ਸਫੇ ਅੱਛਾ ਕੁੰਦਾ ਖੋਲੋ ਕਿਆ ਕਹਿਣੇ ਮਾਸ਼ਾਅੱਲਾ ਆ ਜਾਓ ਠੀਕ ਹੋ ਗਿਆ ਜ਼ਰਾ ਦੋਸਤਾਂ ਦਾ ਤਾਰਫ ਕਰਾਓ ਜਿਹੜੇ ਨਾਲ ਖੜੇ ਨੇ ਇੱਧਰ ਕੌਣ ਕੌਣ ਆ ਆ ਜਾਓ ਇਹ ਟੀਮ ਹੈ ਜੀ ਸਾਡੀ ਸਾਰੀ ਮਾਸ਼ਾਅੱਲਾ ਜੀ ਭਾਈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜ਼ੈਨ ਹੈ ਜ਼ੈਨ ਅੱਛਾ ਤੇ ਤੁਸੀਂ ਸ਼ੌਕ ਕਰਨ ਆਏ ਹਾਂ ਜੀ ਇਹ ਮੱਲੇਦਾਰ ਆ ਸਾਡਾ ਅੱਛਾ ਤੁਹਾਡਾ ਫੈਨ ਵੀ ਹੈ ਅੱਛਾ ਜੀ ਜ਼ੈਨ ਭਾਈ ਨੂੰ ਮਿਲਣਾ ਹੈ ਅੱਛਾ ਅਸੀਂ ਕਿਹਾ ਹਾਜ਼ਰ ਆ ਭਾਈ ਆ ਜਾ ਫਿਰ ਨਹੀਂ ਨਹੀਂ ਭਾਈ ਇਹ ਛੋਟਾ ਮਿਲ ਲਿਆ ਜ਼ੈਨ ਭਾਈ ਕਿਹਾ ਫਿਰ ਨਜ਼ਰ ਆਇਆ ਕੁਝ ਕੋਈ ਠੀਕ ਵੀ ਬੰਦਾ ਨਜ਼ਰ ਆਇਆ ਕਿ ਨਹੀਂ ਹਾਂ ਜੀ ਮਾਸ਼ਾਅੱਲਾ ਲਾਡ ਬਹੁਤ ਅੱਛੇ ਆ ਅੱਛਾ ਚਲੋ ਮਾਸ਼ਾਅੱਲਾ ਕੋਈ ਨਾ ਕੋਈ ਉਸਤਾਦਾਂ ਦੇ ਆਹੀਂ ਮੈਂ ਸੁਣ ਗੱਲਾਂ ਸੁਣ ਕੇ ਪਾਸੇ ਸ਼ੋਅ ਚ ਆਏ ਆ ਹਾਂ ਜੀ ਕੁਛ ਨਾ ਕੁਛ ਹਾਜ਼ਰ ਹੋਏਗਾ ਇਨਸ਼ਾਅੱਲਾ ਦੇਖੋ ਜੀ ਸ਼ਗਿਰਦੀ ਵੀ ਲਾਂਗੇ ਇਨਸ਼ਾਅੱਲਾ ਗੱਲ ਇਹ ਹੈ ਕਿ ਜਦੋਂ ਕਿਸੇ ਅੱਛੇ ਬੰਦੇ ਨਾਲ ਤੁਸੀਂ ਜੁੜਨਾ ਨਾ ਅੱਛੇ ਬੰਦੇ ਦੇ ਅੱਗੋਂ ਅੱਛੇ ਨਤਾਇਜ ਹੀ ਮਿਲਣੇ ਅਤੇ ਉਸਤਾਦ ਪੋਮੀ ਜੱਟ ਸਾਹਿਬ ਬੈਠੇ ਨੇ ਮਜ਼ੀਦ ਜਿਹੜੀ ਹੈ ਉਹ ਜਿਮੀ ਬਾਈ ਸਰ ਆਓ ਸਾਹਮਣੇ ਉਸਤਾਦ ਦੇ ਨਾਲ ਆਪਣੇ ਇਸ ਇਲਾਕੇ ਦੇ ਸ਼ੌਕ ਦੇ ਬਾਰੇ ਦੱਸੋ ਕਿ ਇੱਥੇ ਕਿੰਨੀਆਂ ਛੱਤਾਂ ਨੇ ਇੱਥੇ ਮਤਲਬ ਕਿੰਨੇ ਨੇ ਔਰ ਇਸ ਇਲਾਕੇ 'ਚ ਬਿਹਤਰੀਨ ਹਰੀਫ ਕਿਹੜਾ ਤੁਹਾਡਾ ਜਿਹਨਾਂ ਸ਼ੌਕ ਕਰਨ ਦਾ ਮਜ਼ਾ ਆਉਂਦਾ ਅੱਛਾ ਜੀ ਅੱਛਾ ਜੀ ਅੱਛਾ ਸ਼ੌਕ ਕਰਦੇ ਨੇ ਮਾਸ਼ਾਅੱਲਾ ਚਲੋ ਜ਼ਬਰਦਸਤ ਹੋ ਗਿਆ ਬਹੁਤ ਬਹੁਤ ਸ਼ੁਕਰੀਆ ਜਿਮੀ ਭਾਈ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਔਰ ਕੱਲ੍ਹ ਦੇ ਦਿਨ ਵਾਸਤੇ ਤੁਹਾਨੂੰ ਬੈਸਟ ਆਫ ਲੱਕ ਕਹਿੰਦੇ ਹਾਂ ਅਸੀਂ ਪੋਮੀ ਬਾਈ ਬਹੁਤ ਸ਼ੁਕਰੀਆ ਤੁਸੀਂ ਵੀ ਆਪਣਾ ਕੀਮਤੀ ਟਾਈਮ ਕੱਢਿਆ ਔਰ ਸਾਨੂੰ ਕਬੂਤਰ ਦਾ ਔਰ ਮੈਂ ਤੁਹਾਨੂੰ ਸੈਟਅਪ ਦਿਖਾਵਾਂ ਕਿ ਬਿਲਕੁਲ ਛੋਟਾ ਜਿਹਾ ਸੈਟਅਪ ਹੈ ਇਹਦਾ ਕੋਈ ਇਤਨਾ ਬੜਾ ਸੈਟਅਪ ਨਹੀਂ ਜੇ ਲੇਕਿਨ ਤੁਸੀਂ ਜੇ ਅਗਰ ਗੱਲ ਕਰੋ ਪਰਫੋਰਮੈਂਸ ਦੀ ਤਾਂ ਮਾਸ਼ਾਅੱਲਾ ਸ਼ਹਿਰ ਦੇ ਜਿਹੜੇ ਵੱਡੇ ਅਤੇ ਨਾਮੀਨੇਟਿਡ ਉਸਤਾਦ ਨੇ ਉਹਨਾਂ ਦੇ ਲੈਵਲ ਦੀ ਪਰਫੋਰਮੈਂਸ ਹੈ ਔਰ ਇਹ ਸਾਰੀ ਦੀ ਸਾਰੀ ਹੈ ਉਸਤਾਦ ਪੋਮੀ ਜੱਟ ਸਾਹਿਬ ਦੇ ਮਰੋਣੇ ਮਿਹਨਤ ਜਿਨ੍ਹਾਂ ਨੇ ਇਹਨਾਂ ਨੂੰ ਇਸ ਕਾਬਲ ਕੀਤਾ ਔਰ ਇਹਨਾਂ ਨੂੰ ਦੱਸਿਆ ਔਰ ਇਹਨਾਂ ਨੂੰ ਟ੍ਰੇਨ ਕੀਤਾ ਲਓ ਜੀ ਦੋਸਤੋ ਬਹੁਤ ਬਹੁਤ ਸ਼ੁਕਰੀਆ ਆਪਣਾ ਖਿਆਲ ਰੱਖਣਾ ਇਸੇ ਤਰ੍ਹਾਂ ਹੀ ਤੁਹਾਨੂੰ ਲਾਈਵ ਮਿਲਦੇ ਰਹਾਂਗੇ ਗੱਪਸ਼ੱਪ ਹੁੰਦੀ ਰਹੇਗੀ ਅਤੇ ਉਮੀਦ ਹੈ ਤੁਹਾਨੂੰ ਇਸ ਸਾਦਾ ਜਿਹਾ ਮੁਖਤਸਰ ਜਿਹਾ ਲੇਕਿਨ ਜਨੂੰਨ ਦਾ ਸ਼ੌਕ ਨਜ਼ਰ ਆਇਆ ਹੋਏਗਾ ਆਪਣਾ ਖਿਆਲ ਰੱਖਿਓ ਟੇਕ ਕੇਅਰ ਅੱਲਾ ਹਾਫਿਜ਼